ਪਿਛਲੇ ਸਾਲ ਅਸੀਂ 30,000 ਦਰਖਤ ਲਾਉਣ ਦਾ ਟੀਚਾ ਮਿੱਥਿਆ ਸੀ। ਅਸੀਂ 33,445 ਦਰਖਤ ਲਾਏ ਪੂਰੇ ਪੰਜਾਬ ਦੇ ਵਿੱਚ। ਐਤਕੀ ਅਸੀਂ 35,000 ਦਾ ਟੀਚਾ ਮਿੱਥਿਆ ਸੀ, ਤਕਰੀਬਨ 50,000 ਤੋਂ ਵੱਧ ਅਸੀਂ ਹੁਣ ਤੱਕ ਲਾ ਚੁੱਕੇ ਹਾਂ ਔਰ ਸਾਡੀ ਮੁਹਿੰਮ ਹਾਲੇ ਵੀ ਚਾਲੂ ਹੈ, ਕਿਉਂਕਿ ਜਿਹੜੇ ਦਰਖਤ ਲਾਉਣੇ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ। ਜਿਸ ਤਰ੍ਹਾਂ ਪਿਛਲੇ ਸਮੇਂ 'ਚ ਗਰਮ ਹਵਾਵਾਂ ਚੱਲੀਆਂ, ਤਪਸ਼ ਚੱਲੀ, ਤੁਸੀਂ ਦੇਖਿਆ ਕਿ ਸਾਰੇ ਬੂਟੇ ਸੜ ਗਏ ਸੀਗੇ, ਪੱਤੇ ਸੜ ਗਏ ਸੀਗੇ, ਝੁਲਸੇ ਗਏ ਸੀਗੇ ਪੱਤੇ। ਇਹ ਸਿਰਫ 45-46 ਡਿਗਰੀ ਟੈਂਪਰੇਚਰ 'ਤੇ ਹੋਇਆ। ਜੇ ਟੈਂਪਰੇਚਰ ਹੋਰ ਵੱਧ ਜਾਂਦਾ, ਦਰਖਤ ਆਪਾਂ ਨਾ ਲਾਏ, ਤਾਂ ਸਮਝੋ ਪੂਰੀ ਮਨੁੱਖਤਾ ਨੇ ਝੁਲਸੇ ਜਾਣਾ। ਜੇ ਟੈਂਪਰੇਚਰ 55-60 ਡਿਗਰੀ ਹੋ ਗਿਆ ਤਾਂ ਇੱਥੇ ਪੂਰਾ ਜੀਵਨ ਖਤਰੇ ਦੇ ਵਿੱਚ ਆ, ਪੂਰੇ ਜੀਵਨ ਨੇ ਖਤਮ ਹੋ ਜਾਣਾ, ਸੜ ਜਾਣਾ, ਔਰ ਨਾਲ ਸਾਡੇ ਗਲੇਸ਼ੀਅਰ ਜਿਹੜੇ ਉਹ ਪਿੰਘਲ ਜਾਣਗੇ। ਜੇ ਗਲੇਸ਼ੀਅਰ ਪਿੰਘਲਦੇ ਨੇ ਤਾਂ ਪੂਰੀ ਧਰਤੀ ਨੂੰ ਖਤਰਾ, ਧਰਤੀ ਦਾ ਜਿਹੜਾ ਸਮੁੰਦਰ ਦਾ ਜਲ ਸਤਰ ਬਹੁਤ ਉੱਚਾ ਹੋ ਜੂਗਾ, ਉਹਦੇ ਨਾਲ ਸਾਡੇ ਸਾਰੇ ਜਿਹੜੇ ਸਮੁੰਦਰਾਂ ਦੇ ਕਿਨਾਰਿਆਂ 'ਤੇ ਸ਼ਹਿਰ ਨੇ ਉਹ ਡੁੱਬ ਜਾਣਗੇ ਔਰ ਪੂਰਾ ਬੈਲੈਂਸ ਧਰਤੀ ਦਾ ਵਿਗੜ ਜਾਣਾ। ਇਸ ਲਈ ਅੱਜ ਪੂਰੀ ਦੁਨੀਆ 'ਚ ਘੱਟੋ ਘੱਟ 500 ਕਰੋੜ ਦਰਖਤ ਹੋਰ ਲਾਉਣ ਦੀ ਲੋੜ ਹੈ। ਅਸੀਂ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਤਕਰੀਬਨ ਪੂਰੇ ਪੰਜਾਬ ਦੇ ਵਿੱਚ ਅਸੀਂ 5 ਲੱਖ ਤੋਂ ਵੱਧ ਦਰਖਤ ਸਰਕਾਰ ਵੱਲੋਂ ਲਵਾਏ ਜਾ ਰਹੇ ਨੇ। ਅਸੀਂ ਮੰਡੀ ਬੋਰਡ ਵੱਲੋਂ 35,000 ਦਾ ਟੀਚਾ ਮਿੱਥਿਆ ਸੀ, ਪਰੰਤੂ ਅਸੀਂ 50,000 ਤੋਂ ਉੱਪਰ ਕਰੋਸ ਕਰ ਚੁੱਕੇ ਹਾਂ। ਹਜੇ ਵੀ ਹੋਰ ਵੀ ਲਾਵਾਂਗੇ, ਜਿੰਨੇ ਵੀ ਹੋਣਗੇ ਉਹ ਸਮੇਂ ਸਮੇਂ ਸਿਰ ਤੁਹਾਨੂੰ ਜ਼ਰੂਰ ਦੱਸਾਂਗੇ। ਪਰੰਤੂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਸਾਡੇ ਸੂਝਵਾਨ ਸੱਜਣ ਨੇ, ਚਾਹੇ ਮੰਡੀ ਬੋਰਡ ਦੇ ਮੁਲਾਜ਼ਮ ਨੇ, ਚਾਹੇ ਆੜ੍ਹਤੀ ਭਰਾ ਨੇ, ਚਾਹੇ ਹੋਰ ਸਮਾਜ ਦੇ ਸੁਲਝੇ ਹੋਏ ਇਨਸਾਨ ਨੇ, ਘੱਟੋ ਘੱਟ 5 ਬੂਟੇ ਜ਼ਰੂਰ ਲਗਾਉਣ ਔਰ ਇਕੱਲੇ ਬੂਟੇ ਲਾਉਣੇ ਨਹੀਂ, ਉਸ ਤੋਂ ਬਾਅਦ ਉਹਨਾਂ ਦੀ ਸੰਭਾਲ ਵੀ ਕਰਨ। ਕਿਉਂਕਿ ਅਕਸਰ ਹੁੰਦਾ ਕੀ ਹੈ, ਦਰਖਤ ਆਪਾਂ ਲਾ ਦਿੰਦੇ ਹਾਂ, ਬਾਅਦ ਦੇ ਵਿੱਚ ਉਹਦੀ ਸੰਭਾਲ ਨਹੀਂ ਹੁੰਦੀ। ਦਰਖਤ ਲਗਾਉਣ ਦੇ ਨਾਲ ਨਾਲ ਉਹਦੀ ਸੰਭਾਲ ਕਰਨਾ ਵੀ ਓਨਾ ਹੀ ਜ਼ਰੂਰੀ ਹੈ, ਕਿਉਂਕਿ ਜਿੰਨੀ ਆਪਾਂ ਇਸ ਗੱਲ ਦੀ ਗੰਭੀਰਤਾ ਨੂੰ ਸਮਝਾਂਗੇ, ਵਾਤਾਵਰਨ ਦੀ ਜਿਹੜੀ ਸਵੱਛਤਾ ਨੂੰ ਕਾਇਮ ਰੱਖਣ ਵਾਸਤੇ ਆਪਾਂ ਕੰਮ ਕਰਾਂਗੇ, ਓਨਾ ਹੀ ਮਨੁੱਖਤਾ ਵਾਸਤੇ ਚੰਗਾ ਹੈ। ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦਿਓਗੇ? ਨੌਜਵਾਨਾਂ ਨੂੰ ਇਹੀ ਸੁਨੇਹਾ ਕਿ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਕਰੋਨਾ ਆਇਆ ਸੀਗਾ, ਆਪਾਂ ਸਿਲੰਡਰ ਆਕਸੀਜਨ ਦੇ ਚੱਕੀ ਫਿਰਦੇ ਸੀ, ਡਾਕਟਰਾਂ ਕੋਲੋਂ ਲੱਭਦੇ ਫਿਰਦੇ ਸੀ। ਜਿਹੜੇ ਦਰਖਤ ਆਪਾਂ ਲਾਉਂਦੇ ਹਾਂ, ਇਹ ਮੁਕਸ ਦੇ ਵਿੱਚ ਸਾਨੂੰ ਅਨਲਿਮਿਟਡ ਆਕਸੀਜਨ ਦਿੰਦੇ ਨੇ। ਇਸ ਲਈ ਇਹ ਗੱਲਾਂ ਦੀ ਗੰਭੀਰਤਾ ਨੂੰ ਸਮਝ ਕੇ ਸਾਰੇ ਨੌਜਵਾਨਾਂ ਨੂੰ ਵੀ ਬੇਨਤੀ ਹੈ, ਸਾਰੇ ਸਮਾਜ ਦੇ ਹਰ ਇਨਸਾਨ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਰਖਤ ਲਾਓ, ਤਾਂ ਕਿ ਆਪਾਂ ਪੂਰੇ ਪੰਜਾਬ ਨੂੰ ਹਰਾ ਭਰਾ ਕਰ ਸਕੀਏ ਔਰ ਜਿਹੜਾ ਆਉਣ ਵਾਲਾ ਖਤਰਾ ਮਨੁੱਖਤਾ ਦੇ ਉੱਤੇ ਨਜ਼ਰ ਆ ਰਿਹਾ ਉਹ ਤੋਂ ਬਚਾ ਸਕੀਏ। ਚੇਅਰਮੈਨ ਸਾਹਿਬ ਕੀ ਕਹਿਣਾ ਤੁਹਾਡਾ ਇਸ ਬਾਰੇ? ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਹਰਚੰਦ ਸਿੰਘ ਬਰਸੜ ਜੀ, ਜੋ ਮੰਡੀ ਬੋਰਡ ਦੇ ਚੇਅਰਮੈਨ ਨੇ, ਅੱਜ ਸਾਡੇ ਧੂਰੀ ਵਿਖੇ ਪਹੁੰਚੇ ਨੇ ਔਰ ਮੈਂ ਉਹਨਾਂ ਦਾ ਸਵਾਗਤ ਵੀ ਕਰਦਾ ਸਾਰੇ ਆਫਿਸਰ ਸਾਹਿਬਾਨ ਦਾ, ਕਿਉਂਕਿ ਇਹਨਾਂ ਨੇ ਜੋ ਮੁਹਿੰਮ ਵਿੱਢੀ ਹੈ ਪੂਰੇ ਪੰਜਾਬ ਦੇ ਵਿੱਚ ਬੂਟੇ ਲਾਉਣ ਦੀ, ਇਹ ਬਹੁਤ ਵਧੀਆ ਇੱਕ ਸ਼ਲਾਘਾ ਜੋ ਉਪਰਾਲਾ ਹੈ, ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਪੂਰਾ ਸਿਸਟਮ ਖਰਾਬ ਹੋ ਰਿਹਾ, ਜੇ ਇਸ ਬੂਟੇ ਨਾ ਲਾਈਏ ਸਾਡਾ ਵਾਤਾਵਰਨ, ਸਾਡੀ ਜਿਹੜਾ ਟੈਂਪਰੇਚਰ ਹੈ ਉਹ ਵਿਗੜਦਾ ਜਾ ਰਿਹਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਗੰਭੀਰਤਾ ਨਾਲ ਸਾਨੂੰ ਸੋਚਣ ਦੀ ਲੋੜ ਹੈ ਕਿ ਇਹਦੇ ਸਿੱਟੇ ਮਾੜੇ ਨਿਕਲਣਗੇ। ਮੈਂ ਦੇਖਿਆ ਕਿ ਕਈ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਜ਼ਿਮੀਂਦਾਰ ਨੇ ਉਹ ਆਪਣੇ ਖੇਤਾਂ ਦੇ ਵਿੱਚ ਜੰਗਲ ਲਾ ਰਹੇ ਨੇ, ਜਿਵੇਂ ਸਾਡੇ ਨਾਲ ਲੱਗਦਾ ਵਟਸਐਪ ਕੌਲ ਸਿਹੜੀ ਪਿੰਡ ਹੈ, ਇੱਥੇ ਸਰਦਾਰ ਚੇਤਨ ਸਿੰਘ ਜੀ ਨੇ ਕਲਕੱਤੇ ਵਾਲੇ, ਉਹਨਾਂ ਨੇ 4 ਏਕੜ ਦੇ ਵਿੱਚ ਆਪਣਾ ਜੰਗਲ ਲਾਇਆ। ਸੋ ਇਸੇ ਤਰ੍ਹਾਂ ਹੀ ਮੈਂ ਸਾਡੇ ਕਿਸਾਨ ਭਰਾਵਾਂ ਨੂੰ, ਸਾਡੇ ਹੋਰ ਸਾਥੀਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਸਾਨੂੰ ਵਿਹਲੀ ਜਗ੍ਹਾ ਮਿਲਦੀ ਹੈ ਆਪਾਂ ਉੱਥੇ ਵੱਧ ਤੋਂ ਵੱਧ ਬੂਟੇ ਲਾਈਏ, ਤਾਂ ਕਿ ਜਿਹੜਾ ਸਾਡਾ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਉਹਨੂੰ ਅਸੀਂ ਠੀਕ ਕਰ ਸਕੀਏ। ਸੋ ਅੱਜ ਬਹੁਤ ਲੋੜ ਹੈ ਬੂਟੇ ਲਾਉਣ ਦੀ। ਦੇ ਵਿੱਚ ਸੁਪਰੀਮ ਮਾਨਯੋਗ ਸੁਪਰੀਮ ਕੋਰਟ 'ਚ ਕੇਸ ਵੀ ਪਾਇਆ, ਪਟੀਸ਼ਨ ਪਾਈ ਆ, ਸਾਨੂੰ ਪੈਸਾ ਉਹ ਮਿਲ ਜਾਣਾ,
ਉਸ ਤੋਂ ਇਲਾਵਾ ਵੀ ਸਾਡੇ ਜਿੰਨੇ ਲਿੰਕ ਰੋਡ ਦੀ ਡਿਵੈਲਪਮੈਂਟ ਹੋਣੀ ਹੈ ਉਹਦੇ ਵਾਸਤੇ ਮਾਨ ਸਾਹਿਬ ਨੇ ਪ੍ਰਬੰਧ ਕਰ ਲਿਆ। ਅਸੀਂ 2892 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਲਿਆ। ਪੂਰੇ ਪੰਜਾਬ ਦੀਆਂ 9 ਸਾਲ ਤੋਂ ਵੱਧ ਸਮਾਂ ਜਿਹਨਾਂ ਸੜਕਾਂ ਨੂੰ ਹੋ ਗਿਆ 100% ਉਹਨਾਂ ਦੀ ਅਸੀਂ ਰਿਪੇਅਰ ਕਰਾ ਰਹੇ ਹਾਂ। ਉਸ ਤੋਂ ਬਾਅਦ ਅਸੀਂ ਜਿਹੜੀਆਂ ਮੰਡੀਆਂ ਦੀ ਡਿਵੈਲਪਮੈਂਟ ਜਿਸ ਤਰ੍ਹਾਂ ਮੰਡੀਆਂ ਦੇ ਵਿੱਚ ਸ਼ੈੱਡ ਬਣਾਉਣੇ ਜਾਂ ਮੰਡੀਆਂ ਦੀ ਚਾਰ ਦੀਵਾਰੀ ਕਰਨੀ, ਗੇਟ ਲਵਾਉਣੇ, ਉਹ ਸਾਰਾ ਅਸੀਂ ਸ਼ੁਰੂ ਕਰ ਰਹੇ ਹਾਂ।